ਮਾਝੀ ਵਾਲਿਆਂ ਲਈ ਤਾਂ ਮਾਝੀ ਦੀ ਮੋਮਬੱਤੀ ਗਾਤਾ, ਦੁਆਬੇ ਵਾਲਿਆਂ ਲਈ ਦੁਆਬੇ ਦੀ ਅਗਰਬੱਤੀ ਹੀ ਗਾਤਾ। ਚਲੋ ਵੀ ਲਿਖਿਆ ਗਿਆ ਤਾਂ ਗਾ ਦਾਂਗੇ। ਤਾਂ ਮਾਨ ਸਾਹਿਬ ਨਾਲ ਬੈਠਦੇ ਜਦੋਂ, ਉਹ ਵੀ ਕਲਾਕਾਰ ਆ, ਉਹਨਾਂ ਨਾਲ ਸਿਰਫ ਰਾਜਨੀਤੀ ਦੀ ਗੱਲ ਹੁੰਦੀ ਹੈ ਜਾਂ ਮਤਲਬ ਕਲਾਕਾਰੀ ਦੀ ਵੀ ਗੱਲ ਹੁਣ ਵੀ ਹੋ ਜਾਂਦੀ ਕਦੇ? ਉਹਨਾਂ ਦੇ ਵਿਆਹ 'ਤੇ ਅਸੀਂ ਅੱਡ ਕਲਾਕਾਰ ਭਰਾ ਸੱਦੇ ਉਹਨਾਂ ਨੇ, ਉਦੋਂ ਫਿਰ ਅਸੀਂ ਗਾਏ, ਮਾਨ ਸਾਹਿਬ ਨੇ ਵੀ ਗਾਇਆ। ਵਿਆਹ ਤੋਂ ਬਾਅਦ ਪਾਰਟੀ ਅਲੱਗ ਅਲੱਗ ਪਾਰਟੀ ਰੱਖੀ ਨਾ, ਐੱਮ ਐੱਲ ਏ ਦੀ ਅਲੱਗ, ਮੰਤਰੀ ਦਾ, ਫਿਰ ਅਸੀਂ ਸਾਡਾ ਜਿਹੜਾ ਦਾਇਰਾ ਸੀ ਅਸੀਂ ਅਲੱਗ ਪਰਿਵਾਰ ਨਾਲ ਗਏ, ਫਿਰ ਉੱਥੇ ਗਾਏ ਗੀਤ ਸਾਰਿਆਂ ਨੇ ਗਏ ਸੀ। ਜਿਹੜਾ ਹਰ ਇੱਕ ਵਿਆਹ ਚੱਲਦਾ ਨਾ ਕਾਕਾ, ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ, ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਣੇ ਵਿਆਹ 'ਤੇ ਫਿਰ ਕਿਹੜੇ ਗਾਣੇ 'ਤੇ ਨੱਚੇ ਸੀ? ਉਦੋਂ ਤਾਂ ਭਰਾਵਾ ਕਿੱਥੇ ਨੱਚਦੇ ਸੀ, ਨਹੀਂ ਨੱਚੇ ਤਾਂ ਸੀਗੇ ਪਰ ਉਦੋਂ ਇੱਦਾਂ ਦੇ ਹੁੰਦੇ ਡੀਜੇ ਡੂਜੇ ਨਹੀਂ ਹੁੰਦੇ। ਉਦੋਂ ਮੇਰੇ ਵਿਆਹ 'ਤੇ ਬਥੇਰਾ ਕਲਾਕਾਰ ਆਏ ਸੀ, ਉਦੋਂ ਮਾਣਯੋਗ ਮੁੱਖ ਮੰਤਰੀ ਸਾਹਿਬ, ਮਾਨ ਸਾਹਿਬ ਇਹ ਵੀ ਵਿਆਹ 'ਤੇ ਗਏ, ਸਰਦੂਲ ਭਾਜ, ਮੈਂ ਕਿਹਾ ਕਲਾਕਾਰ ਬਹੁਤ ਸਾਰੇ ਪੰਜਾਬ ਦੇ ਕਲਾਕਾਰ। ਹੋ ਜੱਜਦਾ ਫਿਰੇ ਉਹ ਨਾਲ ਹੱਸਦਾ ਫਿਰੇ, ਹੱਸਦਾ ਫਿਰੇ ਉਹ ਮੁੰਡਾ ਜੱਜਦਾ ਫਿਰੇ, ਹੱਸਦਾ ਫਿਰੇ ਉਹ ਕਾਕਾ ਜੱਜਦਾ ਫਿਰੇ, ਉਹ ਮੁੰਡਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ ਉਹ ਕਾਕਾ ਆਪਣੇ। ਜਦੋਂ ਮੇਰੀ ਸੋਚ ਹੀ ਇੱਦਾਂ ਦੀ, ਆਪਾਂ ਲੋਕਾਂ ਦੀ ਸੋਚ, ਮੈਂ ਗੱਲ ਹੀ ਨਹੀਂ ਕਰਦਾ ਉੱਥੇ ਜਾ ਕੇ, ਮੈਂ ਤਾਂ ਉੱਥੇ ਵਿਆਹ ਦੇ ਵਿੱਚ ਤਾਂ ਹਰ ਪਾਰਟੀ ਦਾ ਬੰਦਾ ਆਇਆ ਹੋਊਗਾ, ਠੀਕ ਹੈ ਨਾ, ਉੱਥੇ ਕਲਾਕਾਰ ਬਣ ਕੇ ਜਾਂਦੇ ਲੋਕ ਵੀ, ਮੈਂ ਇੰਨੇ ਪ੍ਰੋਗਰਾਮ ਕਰ ਲਏ, ਤੋਂ ਬਾਅਦ ਐੱਮ ਐੱਲ ਏ ਬਣਨ ਤੋਂ ਬਾਅਦ ਕਿਤੇ ਨਹੀਂ ਆਏ ਤੇ, ਨਾ ਉਹ ਸੋਹਣੀ ਸੂਰਤ ਰਾਏ ਤੂੰ ਬਣ ਠਣ ਕੇ, ਰੂਪ ਪਰੀਆਂ ਤੂੰ ਲੱਗੇ ਤੇ ਚੁਰਾ ਲਿਆ, ਹਰ ਰੀਜ ਤੇਰੀ ਪੂਰੀ ਹੋਈ ਲੱਗਦੀ, ਤੈਨੂੰ ਮਾਪਿਆਂ ਨੇ ਚਾਵਾਂ ਨਾਲ ਪਾਲਿਆ, ਉਹ ਕਿੰਨੇ ਭਾਗਾਂ ਵਾਲਾ ਹੋਣਾ ਉਹ ਗੱਭਰੂ, ਕਿੰਨੇ ਭਾਗਾਂ ਵਾਲਾ ਹੋਣਾ ਉਹ ਗੱਭਰੂ, ਜਿਹੜਾ ਲੈ ਜੂ ਤੈਨੂੰ ਡਾਲੀ ਚ ਸ਼ਿੰਗਾਰ ਕੇ। ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੀ ਬੀ 37 ਮੀਡੀਆ, ਅਤੇ ਇਸ ਵਕਤ ਤਾਂ ਸਾਡੇ ਨਾਲ ਬਲਕਾਰ ਸਿੰਘ ਸਰ, ਕੀ ਹਾਲ ਚਾਲ? ਵਧੀਆ ਜੀ, ਸਤਿ ਸ਼੍ਰੀ ਅਕਾਲ ਸਾਰੀ ਟੀਮ ਨੂੰ, ਪੰਜਾਬੀਆਂ ਨੂੰ, ਦੁਨੀਆ 'ਚ ਬੈਠੇ ਪੰਜਾਬ ਵਸਾਈ ਪੰਜਾਬੀ ਸਾਰੇ ਜਗਤ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮਾਝੇ ਵਾਲਿਆਂ ਲਈ ਤਾਂ ਮਾਝੇ ਦੀ ਮੋਮਬੱਤੀ ਗਾਤਾ, ਦੁਆਬੇ ਵਾਲਿਆਂ ਲਈ ਦੁਆਬੇ ਦੀ ਅਗਰਬੱਤੀ ਹੀ ਗਾਤਾ। ਚਲੋ ਵੀ ਲਿਖਿਆ ਗਿਆ ਤਾਂ ਗਾ ਦਾਂਗੇ। ਵੈਸੇ ਮੈਂ ਜਦੋਂ ਇੱਕ ਜੋਨਲ ਦਾ ਗਾਣਾ ਹਿੱਟ ਹੋ ਜਾਂਦਾ ਫਿਰ ਬੰਦੇ ਲੱਗਦਾ ਨਾ, ਜਿੱਦਾਂ ਅੱਜ ਕੱਲ੍ਹ ਵੀ ਗਾਣਾ ਸੀ, ਦੁਆਬਾ ਨੇਸ਼ਨ ਆ ਗਿਆ, ਫਿਰ ਮਾਲਵਾ ਬਲੋਕ ਆ ਗਿਆ, ਮਾਝਾ ਬਲੋਕ ਆ ਗਿਆ, ਇੱਦਾਂ ਲੱਗਦਾ ਨਾ ਵੀ ਬਾਕੀਆਂ 'ਤੇ ਵੀ ਗਾ ਦਈਏ, ਕਿਉਂਕਿ ਆਰਟਿਸਟ ਤਾਂ ਸਾਂਝਾ ਸਾਰਿਆਂ ਦਾ। ਪਤਾ ਕੀ ਆ, ਫਿਰ ਤਜਰਬਾ ਹੋ ਜਾਂਦਾ, ਫਿਰ ਗੀਤ ਚੱਲਦਾ ਨਹੀਂ, ਇਹ ਜਿਹੜਾ ਬਣ ਗਿਆ ਨਾ ਉਦੋਂ ਦੂਜੀ ਵਾਰ ਉੱਦਾਂ ਦਾ ਗੀਤ ਨਹੀਂ, ਜਿਹੜਾ ਹਿੱਟ ਹੁੰਦਾ ਨਾ ਗੀਤ, ਦੂਜੀ ਵਾਰ ਕੋਸ਼ਿਸ਼ ਵੀ ਨਾ ਕਰੇ ਉੱਦਾਂ ਦਾ ਬਣਾਉਣ ਦੀ, ਹੋਰ ਕੋਸ਼ਿਸ਼ ਕਰੇ ਉਦੋਂ ਹਟ ਕੇ, ਉਹ ਗੀਤ ਜਿਹੜਾ ਵੱਡਾ ਹੋ ਗਿਆ ਉਦੋਂ ਵੱਡਾ ਕਰਨਾ ਬਹੁਤ ਔਖਾ ਹੁੰਦਾ। ਜਿੱਦਾਂ ਤੁਸੀਂ ਪ੍ਰੈਸ ਕਾਨਫਰੰਸ 'ਚ ਵੀ ਇਹ ਗੱਲ ਕਹੀ ਵੀ ਜਿਹੜੀ ਚੀਜ਼ ਕਦੇ ਸੋਚ ਕੇ ਕੀਤੀ ਜਾਂਦੀ ਯਾਰ ਹੋ ਜਾਵੇ ਉਹ ਹੁੰਦੀ ਨਹੀਂ, ਜਿਹੜੀ ਮਤਲਬ ਸੁਭਾ ਕੇ ਐਵੇਂ ਕਰ ਦਿਉ ਹਿੱਟ ਹੋ ਜਾਂਦੀ ਆ, ਇਹ ਹੋ ਜਾਂਦਾ ਜੀ ਉਸੇ ਰੰਗ ਅਸਰ ਕੀ ਹੈ, ਲੋਕਾਂ ਦੀ ਨਬਜ਼ ਆ ਜਿਹੜੀ ਉਹ ਫੜ ਤਾਂ ਸਕਦਾ ਪਰ ਐਡਾ ਹਰ ਕੋਈ ਹਰ ਨਹੀਂ ਫੜ ਸਕਦਾ, ਉਹਦਾ ਟੇਸਟ ਆ ਜਿਹੜਾ, ਪਤਾ ਨਹੀਂ ਕਿਹੜਾ ਗੀਤ ਹਿੱਟ ਹੋ ਜੇ, ਜਿਹੜਾ ਕਹੇ ਵੀ ਮੈਂ ਬਹੁਤ ਚੱਲੂਗਾ ਉਹ ਨਹੀਂ ਚੱਲਦਾ। ਇੱਕ ਗਾਣਾ ਜਿਹੜਾ ਹਰ ਇੱਕ ਵਿਆਹ ਚੱਲਦਾ ਨਾ ਕਾਕਾ, ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰ, ਮੈਂ ਪੁੱਛਣਾ ਚਾਹੁੰਦਾ ਵੀ ਤੁਸੀਂ ਆਪਣੇ ਵਿਆਹ 'ਚ ਫਿਰ ਕਿਹੜੇ ਗਾਣੇ 'ਤੇ ਨੱਚੇ ਸੀ? ਉਦੋਂ ਤਾਂ ਭਰਾਵਾ ਕਿੱਥੇ ਨੱਚਦੇ ਸੀ, ਨਹੀਂ ਨੱਚੇ ਤਾਂ ਸੀਗੇ ਪਰ ਉਦੋਂ ਇੱਦਾਂ ਦੇ ਹੁੰਦੇ ਡੀਜੇ ਡੂਜੇ ਨਹੀਂ ਹੁੰਦੇ, ਉਦੋਂ ਮੇਰੇ ਵਿਆਹ 'ਤੇ ਬਥੇਰਾ ਕਲਾਕਾਰ ਆਏ ਸੀ, ਉਦੋਂ ਮਾਣਯੋਗ ਮੁੱਖ ਮੰਤਰੀ ਸਾਹਿਬ, ਮਾਨ ਸਾਹਿਬ ਇਹ ਵੀ ਵਿਆਹ 'ਤੇ ਗਏ, ਸਰਦੂਲ ਭਾਜ, ਮੈਂ ਕਿਹਾ ਕਲਾਕਾਰ ਬਹੁਤ ਸਾਰੇ ਪੰਜਾਬ ਦੇ ਕਲਾਕਾਰ ਸੀ। ਜਿੱਦਾਂ ਤੁਸੀਂ ਗੱਲ ਕੀਤੀ ਹੈ ਨਾ, ਮੇਰੇ ਦਿਮਾਗ 'ਚ ਇਹ ਸਵਾਲ ਆਇਆ ਵੀ ਜਿੱਦਾਂ ਮਾਨ ਸਾਹਿਬ ਨਾਲ ਬੈਠਦੇ ਜਦੋਂ, ਉਹ ਵੀ ਕਲਾਕਾਰ ਆ, ਉਹਨਾਂ ਨਾਲ ਸਿਰਫ ਰਾਜਨੀਤੀ ਦੀ ਗੱਲ ਹੁੰਦੀ ਹੈ ਜਾਂ ਮਤਲਬ ਕਲਾਕਾਰੀ ਦੀ ਵੀ ਗੱਲ ਹੁਣ ਵੀ ਹੋ ਜਾਂਦੀ ਕਦੇ ਕਦੇ? ਨਹੀਂ ਦੇਖੋ, ਜਦੋਂ ਬੈਠੇ ਹਾਂ ਮੀਟਿੰਗ ਆ ਉਹ ਤਾਂ ਹੋਈ ਗੱਲ ਹੁੰਦੀ ਹੈ ਰਾਜਨੀਤੀ, ਜਦੋਂ ਇਕੱਲੇ ਬੈਠੇ ਉਹ ਤਾਂ ਕਲਾਕਾਰ ਦੀ ਵੀ ਹੋ ਜਾਂਦੀ ਹੈ। ਕਦੇ ਕਦੇ ਵੀ ਹੁਣ ਇਹ ਵੀ ਇਹ ਤਾਂ ਨਹੀਂ ਵੀ ਹੁਣ ਉਹ ਸੀ ਐਮ ਬਣ ਗਿਆ, ਹੁਣ ਵੀ ਕਿਤੇ ਝਿਜਕ ਰਹਿੰਦੀ ਜਾਂ ਹਾਲੇ ਵੀ ਉਹ ਬੈਲੈਂਸ ਬਣੀ ਜਾ ਰਹੀ ਦੋਸਤਾਂ ਜੀ? ਉਹ ਸਾਡੇ ਸੀ ਐਮ ਨੇ, ਸਾਡੇ ਬੌਸ ਆ, ਅਤੇ ਉੱਦਾਂ ਹੀ ਮੰਨਣਾ ਚਾਹੀਦਾ, ਅਤੇ ਸਤਿਕਾਰ ਬਹੁਤ ਪਿਆਰ ਕਰਦੇ ਆ, ਅਸੀਂ ਸਤਿਕਾਰ ਦਿੰਦੇ ਹਾਂ, ਅਤੇ ਜਿਹੜਾ ਗੀਤ ਸੰਗੀਤ ਆ ਉਹ ਤਾਂ ਫਿਰ ਸਾਡੇ ਨਾਲ ਜੁੜਿਆ ਹੋਇਆ, ਪਿੱਛੇ ਜੇ ਅਸੀਂ ਉਹਨਾਂ ਦੇ ਵਿਆਹ 'ਤੇ ਅਸੀਂ ਅੱਡ ਕਲਾਕਾਰ ਭਰਾ ਸੱਦੇ ਉਹਨਾਂ ਨੇ, ਉਦੋਂ ਫਿਰ ਅਸੀਂ ਗਾਏ, ਮਾਨ ਸਾਹਿਬ ਨੇ ਵੀ ਗਾਇਆ, ਵਿਆਹ ਤੋਂ ਬਾਅਦ ਪਾਰਟੀ ਅਲੱਗ ਅਲੱਗ ਪਾਰਟੀ ਰੱਖੀ ਨਾ, ਐੱਮ ਐੱਲ ਏ ਦੀ ਅਲੱਗ, ਮੰਤਰੀ ਦਾ, ਫਿਰ ਅਸੀਂ ਸਾਡਾ ਜਿਹੜਾ ਦਾਇਰਾ ਸੀ ਅਸੀਂ ਅਲੱਗ ਪਰਿਵਾਰ ਨਾਲ ਗਏ, ਫਿਰ ਉੱਥੇ ਗਾਏ ਗੀਤ ਸਾਰਿਆਂ ਨੇ ਗਏ ਅਸੀਂ। ਸਰ ਜਦੋਂ ਇੱਕ ਮਤਲਬ ਕਲਾਕਾਰ ਐੱਮ ਐੱਲ ਏ ਬਣ ਜਾਂਦਾ ਹੈ ਨਾ, ਹੁਣ ਤੁਹਾਡੇ ਕੋਲ ਤਾਂ ਹਰ ਇੱਕ ਵਰਗ ਦੇ ਲੋਕ ਆਉਂਦੇ ਹੋਣਗੇ ਆਪਣੀਆਂ ਪ੍ਰੋਬਲਮਸ ਲੈ ਕੇ, ਫਿਰ ਉਦੋਂ ਕੁਛ ਦੇਖਿਆ ਜਾਂਦਾ ਚੀਜ਼ ਨੂੰ ਲੈ ਕੇ ਕਿ ਸਾਰੇ ਕਾਮਨਲੀ ਹੋ ਜਾਂਦਾ ਸਭ ਕੁਛ? ਨਹੀਂ ਮੈਂ ਤਾਂ ਦੇਖੋ ਜੀ, ਇੱਕ ਮੇਰਾ ਯਾਦ ਆ, ਮੈਂ ਤਾਂ ਹੁਣ ਵੀ ਕਹਿੰਦਾ ਵੀ ਰਾਜਨੀਤੀ ਉੱਪਰ ਉੱਠ ਕੇ ਮੈਂ ਕੰਮ ਕਰਦਾ, ਜੇ ਹੋਰ ਪਾਰਟੀ ਦਾ ਬੰਦਾ ਆ ਜੇ ਕੋਈ ਉਹਦੇ ਕੰਮ ਆ ਕੋਈ ਦੁਖੀ ਆ ਉਹਦਾ ਵੀ ਕੰਮ ਕਰਕੇ ਤੋਰਦੇ ਆ, ਉਹ ਵੀ ਖੁਸ਼, ਸਾਡੀ ਆਤਮਾ ਵੀ ਖੁਸ਼ ਆ। ਇਹ ਨਹੀਂ ਰੱਖਿਆ ਵੀ ਇਹਦਾ ਫਲਾਨੀ ਪਾਰਟੀ ਨੇ ਵੋਟ ਨਹੀਂ ਪਾਈ, ਕਿਉਂ ਨਹੀਂ ਪਾਈ, ਹੁਣ ਚੁਣੇ ਗਏ ਸਾਰੇ ਸਾਂਝੀ ਸਰਕਾਰ ਆ, ਸਾਂਝੇ ਲੋਕ ਆ, ਸਾਰਿਆਂ ਦੇ ਕੰਮ ਕਰਨੇ ਚਾਹੀਦੇ। ਕਲਾਕਾਰ ਨੂੰ ਫਿਰ ਕਦੇ ਇੱਦਾਂ ਨਹੀਂ ਹੋ ਜਾਂਦਾ, ਮੰਨ ਕੇ ਚੱਲੋ ਵੀ ਹੁਣ ਪ੍ਰੋਗਰਾਮ ਘੱਟ ਗਿਆ, ਫੋਰ ਐਗਜ਼ਾਮਪਲ ਹੋਰ ਪਾਰਟੀ ਵਾਲੇ ਬੰਦੇ ਹੋਣਗੇ ਜਾਂ ਇੱਦਾਂ ਕੁਛ,
ਨਹੀਂ ਪ੍ਰੋਗਰਾਮ ਨਹੀਂ ਘਟੇ ਮੇਰੇ, ਮਤਲਬ ਇਹਨਾਂ ਚੀਜ਼ਾਂ ਨਾਲ ਫਰਕ ਤਾਂ ਨਹੀਂ ਪਿਆ ਅੱਜ ਵੀ, ਮਤਲਬ ਜੇ ਸ਼ੱਕ ਹੋਰ ਪਾਰਟੀ ਦੇ ਬੰਦੇ ਆ ਸਰੋਤੇ ਸਰੋਤੇ ਬਣੇ ਹੋਏ ਸਰੋਤੇ, ਮੈਂ ਜਦੋਂ ਮੇਰੀ ਸੋਚ ਹੀ ਇੱਦਾਂ ਦੀ ਆਪਾਂ ਲੋਕਾਂ ਦੀ ਸੋਚ ਹੁੰਦੀ, ਮੈਂ ਗੱਲ ਹੀ ਨਹੀਂ ਕਰਦਾ ਉੱਥੇ ਜਾ ਕੇ, ਮੈਂ ਤਾਂ ਉੱਥੇ ਵਿਆਹ ਦੇ ਵਿੱਚ ਹਰ ਪਾਰਟੀ ਦਾ ਬੰਦਾ ਆਇਆ ਹੋਊਗਾ, ਠੀਕ ਹੈ ਨਾ, ਉੱਥੇ ਕਲਾਕਾਰ ਬਣ ਕੇ ਜਾਂਦੇ ਲੋਕ ਵੀ, ਮੈਂ ਇੰਨੇ ਪ੍ਰੋਗਰਾਮ ਕਰ ਲਏ ਤੋਂ ਬਾਅਦ ਐਮ ਐਲ ਏ ਬਣਨ ਤੋਂ ਬਾਅਦ ਕਿਤੇ ਨਹੀਂ ਆਇਆ ਜਾਂਦਾ, ਨਾ ਨਾ ਨਾ। ਇੰਨੇ ਚਿਰ ਬਾਅਦ ਹੁਣ ਚੰਨ ਵਰਗੀ ਰਿਲੀਜ਼ ਕੀਤਾ, ਕੀ ਪਲੈਨ ਸੀਗਾ ਵੀ ਯਾਰ ਕੋਈ ਮੈਰਿਜ ਦਾ ਇੱਦਾਂ ਦਾ ਸੌਂਗ ਕਰੀਏ ਜਿਹੜਾ ਮਤਲਬ ਅੱਜ ਕੱਲ੍ਹ ਮਾਹੌਲ ਵੀ ਚੱਲ ਰਿਹਾ? ਨਹੀਂ, ਗੀਤ ਤਾਂ ਪਹਿਲਾਂ ਤਾਂ ਹੋਇਆ ਪਿਆ, ਉਹ ਪਿਛਲੇ ਸਾਲ ਫਿਰ ਮੈਨੂੰ ਟਾਈਮ ਨਹੀਂ ਲੱਗਿਆ ਕਿ ਇਲੈਕਸ਼ਨ ਸੀ, ਫਿਰ ਬਹੁਤ ਮਿਹਨਤ ਕਰਦੇ ਤੋ ਜਿੱਤਣਾ ਵੀ ਸੀਗਾ ਅਤੇ ਉਦੋਂ ਅਸੀਂ ਪ੍ਰੋਗਰਾਮ ਹੀ ਨਹੀਂ ਲਾਏ ਅਤੇ ਇੱਧਰ ਧਿਆਨ ਵੀ ਨਹੀਂ ਦਿੱਤਾ। ਹੁਣ ਮੈਂ ਪਾਲ ਨੂੰ ਆਖਿਆ, ਮੈਂ ਕਿਹਾ ਵੀਰ ਕਰੀਏ ਆਪਾਂ, ਵਧੀਆ ਟੀਮ ਬਾਠ ਸਾਹਿਬ ਆ ਅਤੇ ਵਧੀਆ ਲਿਖਿਆ ਵੀਰ ਨੇ ਹੈ ਜੀ ਗਾਣਾ ਅਤੇ ਕੁਲਵੰਤ ਜੀ ਨੇ, ਅਤੇ ਚੰਗੀ ਟੀਮ ਬਣ ਗਈ, ਅੱਗੇ ਵੀ ਗੀਤ ਕਰਾਂਗੇ। ਅਸੀਂ ਤਾਂ ਗਾਣਾ ਇੱਕ ਇਹ ਵੀ ਸੁਣਨਾ ਅਤੇ ਇੱਕ ਉਹ ਜ਼ਰੂਰ ਸੁਣਨਾ ਨਾ, ਕਾਕਾ ਆਪਣੇ ਵਿਆਹ ਦੇ ਵਿੱਚ ਨੱਚਦਾ, ਫਿਰ ਸ਼ਾਇਦ ਅਸੀਂ ਵੀ ਉਹਦਾ ਰੀਮੇ ਕਰਕੇ ਮੁੜ ਕੇ ਪਾ ਦਈਏ ਕਿਸੇ ਤਰੀਕੇ ਨਾਲ। ਪਹਿਲੋਂ ਕਿਹੜਾ ਸੁਣਾਉਂਗੇ? ਪਹਿਲਾਂ ਤਾਂ ਹੀ ਸੁਣਾਵਾਂਗੇ ਜੀ, ਬਸ ਇਹ ਗੀਤ ਹੈ ਅੱਜ ਵਧੀਆ, ਮੈਨੂੰ ਲੱਗਦਾ ਵੀ ਘਰ ਘਰ ਪਹੁੰਚਣਾ ਚਾਹੀਦਾ ਤੁਹਾਡੇ ਮਾਧਿਅਮ ਰਾਹੀਂ। ਅੱਜ ਤੁਸੀਂ ਦੇਖ ਲਓ ਸ਼ਾਮ ਨੂੰ ਜਾ ਕੇ ਇਹ ਮਿਲੀਅਨ ਤੋਂ ਉੱਪਰ ਹੋ ਜਾਊਗਾ। ਮਿਲੀਅਨ ਤਾਂ ਹੈਗੀ ਹੈ, ਪਹਿਲਾਂ ਹੋਰ ਇੱਕ ਮਿਲੀਅਨ ਤੋਂ ਉੱਥੋਂ ਲੈਣਾ ਕੱਲਾ। ਉਹ ਸੋਹਣੀ ਸੂਰਤ ਰਾਹੇ ਤੂੰ ਬਣ ਠਣ ਕੇ ਰੂਪ ਪਰੀਆਂ ਤੂੰ ਲੱਗੇ ਤੇ ਚੁਰਾ ਲਿਆ, ਹਰ ਰੀਝ ਤੇਰੀ ਪੂਰੀ ਹੋਈ ਲੱਗਦੀ, ਤੈਨੂੰ ਮਾਪਿਆਂ ਨੇ ਚਾਵਾਂ ਨਾਲ ਪਾਲਿਆ। ਉਹ ਕਿੰਨੇ ਭਾਗਾਂ ਵਾਲਾ ਹੋਣਾ ਉਹ ਗੱਭਰੂ, ਕਿੰਨੇ ਭਾਗਾਂ ਵਾਲਾ ਹੋਣਾ ਉਹ ਗੱਭਰੂ, ਜਿਹੜਾ ਲੈ ਜੂ ਤੈਨੂੰ ਡਾਲੀ 'ਚ ਸ਼ਿੰਗਾਰ ਕੇ, ਮਿਰਚਾਂ ਮਕਾ ਲਈਆਂ ਹੋਣੀਆਂ ਤੇਰੀ ਮਾਂ ਨੇ ਨੀ ਤੇਰੇ ਸਿਰੋਂ ਵਾਰ ਕੇ, ਚਾਹ ਚੱਕਿਆ ਨੀ ਜਾਣਾ ਤੇਰੀ ਸੱਸ ਤੋਂ, ਮਾਈ ਤੂਰਿਆ ਕਰੂਗਾ ਮੁੱਛਾਂ, ਮਾਈ ਤੂਰਿਆ ਕਰੂਗਾ ਮੁੱਛਾਂ ਚਾੜ ਕੇ। ਲੱਗਦਾ ਫਿਰ ਮੁੱਛਾਂ ਰੱਖੂਗੇ ਹੁਣ ਤੁਸੀਂ ਗਾਣਾ, ਮੁੱਛਾਂ ਵਧਾਉਣੀਆਂ ਪੈਣੀਆਂ। ਰੀਲਾਂ 'ਚ ਅੱਜ ਕੱਲ੍ਹ ਇਹੀ ਚੀਜ਼ ਚੱਲਦੀ ਹੈ ਨਾ ਇੰਸਟਾਗ੍ਰਾਮ ਉੱਪਰ, ਅਤੇ ਹੁਣ ਦੂਜਾ ਗਾਣਾ ਵੀ ਜ਼ਰੂਰ ਸੁਣਾ ਦਿਓ। ਹੋ ਜੱਚਦਾ ਫਿਰੇ ਉਹ ਨਾਲੇ ਹੱਸਦਾ ਫਿਰੇ, ਹੱਸਦਾ ਫਿਰੇ ਉਹ ਮੁੰਡਾ ਜੱਚਦਾ ਫਿਰੇ, ਹੱਸਦਾ ਫਿਰੇ ਉਹ ਕਾਕਾ ਜੱਚਦਾ ਫਿਰੇ, ਉਹ ਮੁੰਡਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਉਹ ਕਾਕਾ ਆਪਣੇ ਆਪਣੇ ਵਿਆਹ ਦੇ ਵਿੱਚ ਨੱਚਦਾ ਫਿਰੇ, ਉਹ ਕਾਕਾ ਆਪਣੇ। ਧੰਨਵਾਦ ਸਰ, ਬਹੁਤ ਚੰਗਾ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ, ਬਹੁਤ ਬਹੁਤ ਸ਼ੁਕਰੀਆ ਜੀ। ਸ਼ੁਕਰੀਆ, ਸਤਿ ਸ਼੍ਰੀ ਅਕਾਲ।